ਇਟਸ ਯੂਅਰ ਬੋਲੀ ਹੋਲੀ ਬਾਬਾ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਦੋਸਤ ਜਗਮੀਤ ਬਰਾੜ ਤੇ ਜੀ ਬੋਲੀ ਹੋਲੀ ਬਾਬਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਬਹੁਤ ਬਹੁਤ ਸਵਾਗਤ ਕਰਦਾ। ਦੋਸਤੋ, ਅੱਜ ਮੈਂ ਤੁਹਾਡੇ ਲਈ ਤੁਹਾਡੀ ਸਭ ਦੀ ਮਨਪਸੰਦ ਐਕਟਰੈਸ ਮੈਂਡੀ ਤੱਖਰ ਦੀ ਬਾਇਓਗ੍ਰਾਫੀ ਲੈ ਕੇ ਹਾਜ਼ਰ ਹੋਇਆ, ਕਿਉਂਕਿ ਤੁਸੀਂ ਕਾਫੀ ਲੰਬੇ ਸਮੇਂ ਤੋਂ ਉਹਨਾਂ ਦੀ ਬਾਇਓਗ੍ਰਾਫੀ ਦੀ ਫਰਮਾਇਸ਼ ਕਰ ਰਹੇ ਸੀ। ਸੋ ਦੋਸਤੋ, ਅੱਜ ਆਪਾਂ ਮੈਂਡੀ ਤੱਖਰ ਜੀ ਦੀ ਲਾਈਫ ਬਾਰੇ, ਉਹਨਾਂ ਦੀ ਫੈਮਿਲੀ ਬਾਰੇ, ਉਹਨਾਂ ਦੇ ਫਿਲਮੀ ਕਰੀਅਰ ਬਾਰੇ ਅਤੇ ਉਹਨਾਂ ਦੀ ਮੈਰਿਜ ਹੋਈ ਆ ਜਾਂ ਨਹੀਂ ਉਹਦੇ ਬਾਰੇ ਆਪਾਂ ਪੂਰੇ ਵਿਸਤਾਰ ਵਿੱਚ ਗੱਲਬਾਤ ਕਰਾਂਗੇ। ਪਰ ਉਸ ਤੋਂ ਪਹਿਲਾਂ ਦੋਸਤੋ, ਮੈਂ ਤੁਹਾਨੂੰ ਫਰਮਾਇਸ਼ ਕਰੂੰਗਾ, ਜੇਕਰ ਤੁਸੀਂ ਆਪਣਾ ਚੈਨਲ ਬੋਲੀ ਹੋਲੀ ਬਾਬਾ ਅਜੇ ਤੱਕ ਵੀ ਨਹੀਂ ਸਬਸਕ੍ਰਾਈਬ ਕੀਤਾ ਤਾਂ ਇਸ ਵੀਡੀਓ ਦੇ ਨੀਚੇ ਜਿਹੜਾ ਰੈੱਡ ਕਲਰ ਦਾ ਸਬਸਕ੍ਰਾਈਬ ਦਾ ਬਟਨ ਆ ਰਿਹਾ ਉਸ 'ਤੇ ਆਪਣਾ ਇੱਕ ਪਿਆਰਾ ਜਿਹਾ ਕਲਿੱਕ ਕਰਕੇ ਤੁਸੀਂ ਆਪਣਾ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਓ, ਕਿਉਂਕਿ ਮੈਂ ਇਸੇ ਤਰ੍ਹਾਂ ਦੀਆਂ ਵੀਡੀਓ ਤੁਹਾਡੇ ਲਈ ਅੱਗੇ ਵੀ ਲੈ ਕੇ ਆਉਂਦਾ ਰਹੂੰਗਾ। ਸੋ ਦੋਸਤੋ, ਹੁਣ ਤੁਹਾਡਾ ਜ਼ਿਆਦਾ ਟਾਈਮ ਨਾ ਲੈਂਦੇ ਹੋਏ ਹੁਣ ਆਪਾਂ ਮੈਂਡੀ ਤੱਖਰ ਦੇ ਜੀਵਨ 'ਤੇ ਇੱਕ ਝਾਤ ਮਾਰਦੇ ਹਾਂ। ਮੈਂਡੀ ਤੱਖਰ ਦਾ ਜਨਮ 1 ਮਈ 1987 ਨੂੰ ਵੋਲਵਰਹੈਂਪਟਨ UK ਵਿੱਚ ਹੋਇਆ ਅਤੇ ਉਹਨਾਂ ਦੇ ਮਾਤਾ ਪਿਤਾ ਨੇ ਉਹਨਾਂ ਦਾ ਨਾਮ ਰੱਖਿਆ ਮਨਦੀਪ ਕੌਰ ਤੱਖਰ। ਪਰ ਪੰਜਾਬੀ ਫਿਲਮ ਇੰਡਸਟਰੀ ਵਿੱਚ ਆਪਾਂ ਸਾਰੇ ਉਹਨਾਂ ਨੂੰ ਮੈਂਡੀ ਤੱਖਰ ਦੇ ਨਾਮ ਨਾਲ ਜਾਣਦੇ ਹਾਂ। ਜੇ ਦੋਸਤੋ ਆਪਾਂ ਮੈਂਡੀ ਤੱਖਰ ਜੀ ਦੀ ਫੈਮਿਲੀ ਬੈਕਗ੍ਰਾਉਂਡ ਦੀ ਗੱਲ ਕਰੀਏ ਤਾਂ ਉਹਨਾਂ ਦਾ ਪਰਿਵਾਰ ਪਿੰਡ ਮੱਲਿਆਣਾ ਸਿਟੀ ਫਗਵਾੜਾ ਪੰਜਾਬ ਤੋਂ ਬਿਲੋਂਗ ਕਰਦਾ। ਪਰ ਮੈਂਡੀ ਤੱਖਰ ਜੀ ਦੇ ਜਨਮ ਤੋਂ ਪਹਿਲਾਂ ਹੀ ਉਹਨਾਂ ਦਾ ਪੂਰਾ ਪਰਿਵਾਰ ਇੰਗਲੈਂਡ ਜਾ ਵਸਿਆ ਅਤੇ ਉੱਥੇ ਹੀ ਮੈਂਡੀ ਤੱਖਰ ਜੀ ਦਾ ਜਨਮ ਹੋਇਆ। ਸੋ ਦੋਸਤੋ, ਮੈਂਡੀ ਤੱਖਰ ਜੀ ਦੀ ਸਿਸਟਰ ਦਾ ਨਾਮ ਕੈਮੀ ਤੱਖਰ ਆ। ਸੋ ਦੋਸਤੋ, ਹੁਣ ਆਪਾਂ ਗੱਲ ਕਰਦੇ ਹਾਂ ਮੈਂਡੀ ਤੱਖਰ ਜੀ ਦੀ ਮੈਰਿਜ ਬਾਰੇ। ਤਾਂ ਦੋਸਤੋ, ਮੈਂ ਤੁਹਾਨੂੰ ਦੱਸ ਦੇਵਾਂ ਕਿ ਮੈਂਡੀ ਤੱਖਰ ਜੀ ਦੀ ਮੈਰਿਜ ਅਜੇ ਤੱਕ ਨਹੀਂ ਹੋਈ, ਉਹ ਅਨਮੈਰਿਡ ਨੇ। ਅਤੇ ਦੋਸਤੋ, ਇਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਮੈਂਡੀ ਤੱਖਰ ਜੀ ਦੀ ਕੁਆਲੀਫਿਕੇਸ਼ਨ ਬਾਰੇ। ਮੈਂਡੀ ਤੱਖਰ ਜੀ ਨੇ ਆਪਣੀ ਸਕੂਲਿੰਗ ਕੰਪਲੀਟ ਕਰਨ ਤੋਂ ਬਾਅਦ ਕਿੰਗਸਟਨ ਯੂਨੀਵਰਸਿਟੀ ਇੰਗਲੈਂਡ ਵਿਖੇ ਦਾਖਲਾ ਲਿਆ ਅਤੇ ਆਪਣੀ ਪੜ੍ਹਾਈ ਡਰਾਮਾ ਵਿੱਚ ਕੰਪਲੀਟ ਕੀਤੀ। ਸੋ ਦੋਸਤੋ, ਇਸ ਤੋਂ ਬਿਨਾਂ ਇੱਕ ਬਹੁਤ ਹੀ ਇੰਟਰਸਟਿੰਗ ਗੱਲ ਜਿਹੜੀ ਮੈਂ ਤੁਹਾਨੂੰ ਮੈਂਡੀ ਤੱਖਰ ਜੀ ਬਾਰੇ ਹੋਰ ਵੀ ਦੱਸ ਦੇਵਾਂ ਕਿ ਮੈਂਡੀ ਤੱਖਰ ਜੀ ਆਪਣੇ ਬਚਪਨ ਤੋਂ ਹੀ ਬਹੁਤ ਜ਼ਿਆਦਾ ਬਹਾਦਰ ਸਨ। ਉਹ ਆਪਣੇ ਆਪ ਨੂੰ ਮੁੰਡਿਆਂ ਤੋਂ ਕਿਸੇ ਪੱਖੋਂ ਵੀ ਘੱਟ ਨਹੀਂ ਸਮਝਦੇ ਸਨ। ਇਸੇ ਕਾਰਨ ਹੀ ਉਹਨਾਂ ਦੇ ਜੋ ਸਕੂਲ ਦੀ ਰਗਬੀ ਅਤੇ ਫੁੱਟਬਾਲ ਦੀ ਟੀਮ ਸੀ ਉਸ ਵਿੱਚ ਸਾਰੇ ਬੁਆਏ ਸਨ, ਪਰ ਮੈਂਡੀ ਤੱਖਰ ਜੀ ਇੱਕੋ ਇੱਕ ਫੀਮੇਲ ਪਲੇਅਰ ਸਨ ਰਗਬੀ ਅਤੇ ਫੁੱਟਬਾਲ ਟੀਮ ਵਿੱਚ। ਇਸ ਤੋਂ ਬਿਨਾਂ ਮੈਂਡੀ ਤੱਖਰ ਜੀ ਨੇ ਮਾਰਸ਼ਲ ਆਰਟਸ ਵਿੱਚ ਵੀ ਟ੍ਰੇਨਿੰਗ ਲਈ ਹੋਈ ਆ। ਜੇ ਦੋਸਤੋ ਆਪਾਂ ਮੈਂਡੀ ਤੱਖਰ ਜੀ ਦੇ ਸੁਭਾਅ ਦੀ ਗੱਲ ਕਰੀਏ ਤਾਂ ਮੈਂਡੀ ਤੱਖਰ ਜੀ ਬਹੁਤ ਹੀ ਵਧੀਆ ਸੁਭਾਅ ਦੇ ਆਰਟਿਸਟ ਨੇ। ਇਸ ਤੋਂ ਬਿਨਾਂ ਮੈਂਡੀ ਤੱਖਰ ਜੀ ਮਨੁੱਖਤਾ ਦੀ ਸੇਵਾ ਕਰਨ ਵਿੱਚ ਵੀ ਬਹੁਤ ਜ਼ਿਆਦਾ ਵਿਸ਼ਵਾਸ ਕਰਦੇ ਆ। ਇਸੇ ਤਹਿਤ ਹੀ ਉਹ ਖਾਲਸਾ ਏਡ ਆਰਗੇਨਾਈਜੇਸ਼ਨ ਆ ਜੋ ਜਿਸ ਦੇ ਫਾਊਂਡਰ ਅਤੇ CEO ਨੇ ਰਵੀ ਸਿੰਘ ਜੀ, ਉਹਨਾਂ ਨਾਲ ਉਹ ਜੁੜੇ ਅਤੇ 2016 ਵਿੱਚ ਉਹ ਇਰਾਕ ਸੀਰੀਆ ਬਾਰਡਰ 'ਤੇ ਜੋ ਰਿਫਿਊਜੀ ਨੇ ਲੋੜਵੰਦ ਬੇਸਹਾਰਾ ਸਨ ਉਹਨਾਂ ਦੀ ਉਹਨਾਂ ਨੇ ਮਦਦ ਕੀਤੀ ਅਤੇ ਹੋਰ ਲੋਕਾਂ ਨੂੰ ਵੀ ਉਹਨਾਂ ਨੇ ਸੁਨੇਹਾ ਦਿੱਤਾ ਕਿ ਬੇਸਹਾਰਾ ਲੋੜਵੰਦ ਲੋਕਾਂ ਦੀ ਮਦਦ ਕਰੋ। ਸੋ ਦੋਸਤੋ, ਹੁਣ ਆਪਾਂ ਗੱਲ ਕਰਦੇ ਹਾਂ ਮੈਂਡੀ ਤੱਖਰ ਜੀ ਦੇ ਫਿਲਮੀ ਕਰੀਅਰ ਬਾਰੇ। ਤਾਂ ਮੈਂਡੀ ਤੱਖਰ ਜੀ 2009 ਵਿੱਚ UK ਛੱਡ ਕੇ ਇੰਡੀਆ ਆ ਗਏ ਅਤੇ ਉਹਨਾਂ ਨੇ ਪੰਜਾਬੀ ਫਿਲਮਾਂ ਵਿੱਚ ਆਪਣਾ ਕਰੀਅਰ ਬਣਾਉਣ ਦਾ ਫੈਸਲਾ ਕੀਤਾ। ਇਸੇ ਤਹਿਤ ਹੀ ਉਹਨਾਂ ਦੀ ਡੈਬਿਊ ਮੂਵੀ ਆਈ ਸੀ ਬੱਬੂ ਮਾਨ ਸਾਹਿਬ ਨਾਲ ਏਕਮ ਸਨ ਆਫ ਸੋਇਲ, ਜਿਹੜੀ 2010 'ਚ ਆਈ ਸੀ। ਇਹ ਮੂਵੀ ਹਿੱਟ ਰਹੀ ਸੀ। ਇਸ ਤੋਂ ਬਿਨਾਂ ਵੀ ਮੈਂਡੀ ਤੱਖਰ ਜੀ ਨੇ ਕਾਫੀ ਪੰਜਾਬੀ ਹਿੱਟ ਫਿਲਮਾਂ ਵਿੱਚ ਕੰਮ ਕੀਤਾ, ਜਿਵੇਂ ਮਿਰਜ਼ਾ ਦੀ ਅਨਟੋਲਡ ਸਟੋਰੀ, ਇਹ ਕਾਫੀ ਵੱਡੇ ਬਜਟ ਦੀ ਪੰਜਾਬੀ ਫਿਲਮ ਸੀ। ਫਿਰ ਤੂੰ ਮੇਰਾ ਬਾਈ ਮੈਂ ਤੇਰਾ ਬਾਈ, ਫਿਰ ਅਰਦਾਸ, ਇਸ਼ਕ ਗਰਾਰੀ, ਸਰਦਾਰ ਜੀ, ਅਤੇ 2017 ਵਿੱਚ ਉਹਨਾਂ ਨੇ ਕੰਮ ਕੀਤਾ ਰੱਬ ਦਾ ਰੇਡੀਓ ਮੂਵੀ ਸੀ ਜੋ ਬਾਈ ਤਰਸੇਮ ਜੱਸੜ ਦੀ। ਇਹ ਮੂਵੀ ਵੀ ਸੁਪਰ ਹਿੱਟ ਰਹੀ। ਇਸ ਤੋਂ ਬਿਨਾਂ ਉਹ ਬਾਲੀਵੁੱਡ ਫਿਲਮ ਵਿੱਚ ਵੀ ਕੰਮ ਕਰ ਚੁੱਕੇ, ਬੰਬੂ ਜੋ 2012 ਵਿੱਚ ਆਈ ਸੀ। ਫਿਰ ਉਹਨੇ ਤਾਮਿਲ ਫਿਲਮ ਵਿੱਚ ਵੀ ਕੰਮ ਕੀਤਾ, ਬਿਰਿਆਨੀ 2013 'ਚ ਆਈ ਸੀ ਇਹ ਫਿਲਮ। ਇਸ ਤੋਂ ਬਿਨਾਂ ਮੈਂਡੀ ਤੱਖਰ ਜੀ ਨੇ ਕਾਫੀ TV ਕਮਰਸ਼ਲਸ ਵਿੱਚ ਵੀ ਕੰਮ ਕੀਤਾ। ਅਤੇ ਮੈਂਡੀ ਤੱਖਰ ਜੀ ਦੇ ਜੋ ਫੈਨਸ ਨੇ ਉਹਨਾਂ ਲਈ ਮੈਂ ਇੱਕ ਗੁੱਡ ਨਿਊਜ਼ ਹੋਰ ਵੀ ਦੇ ਦੇਵਾਂ ਕਿ ਮੈਂਡੀ ਤੱਖਰ ਜੀ ਦੀ ਇੱਕ ਮੂਵੀ ਬਹੁਤ ਜਲਦੀ ਆ ਰਹੀ ਆ। ਮੂਵੀ ਦਾ ਨਾਂ ਹੈ ਖਿੱਦੋ ਖੁੰਡੀ ਅਤੇ ਇਹ ਫਿਲਮ ਉਹ ਬਾਈ ਰਣਜੀਤ ਬਾਵਾ ਜੀ ਨਾਲ ਕਰ ਰਹੇ ਆ। ਸੋ ਦੋਸਤੋ, ਹੁਣ ਆਪਾਂ ਗੱਲ ਕਰਦੇ ਹਾਂ ਮੈਂਡੀ ਤੱਖਰ ਜੀ ਦੀ ਹੋਬੀਜ਼ ਬਾਰੇ। ਤਾਂ ਮੈਂਡੀ ਤੱਖਰ ਜੀ ਨੂੰ ਹਾਰਸ ਰਾਈਡਿੰਗ ਦਾ ਬਹੁਤ ਜ਼ਿਆਦਾ ਸ਼ੌਂਕ ਆ। ਅਤੇ ਦੋਸਤੋ, ਹੁਣ ਆਪਾਂ ਗੱਲ ਕਰਦੇ ਹਾਂ ਮੈਂਡੀ ਤੱਖਰ ਜੀ ਦੇ ਅਵਾਰਡਸ ਬਾਰੇ। ਤਾਂ ਮੈਂਡੀ ਤੱਖਰ ਜੀ ਨੂੰ PTC ਪੰਜਾਬੀ ਫਿਲਮ ਅਵਾਰਡ ਮਿਲਿਆ ਸੀ 2013 ਵਿੱਚ ਬੈਸਟ ਐਕਟਰੈਸ ਦਾ, ਮਿਰਜ਼ਾ ਦੀ ਅਨਟੋਲਡ ਸਟੋਰੀ ਲਈ। ਇਸ ਤੋਂ ਬਿਨਾਂ ਉਹਨਾਂ ਨੂੰ ਸਰਦਾਰ ਜੀ ਮੂਵੀ ਲਈ ਵੀ ਬੈਸਟ ਸਪੋਰਟਿੰਗ ਐਕਟਰੈਸ ਦਾ ਅਵਾਰਡ ਮਿਲ ਚੁੱਕਿਆ। ਅਤੇ ਦੋਸਤੋ, ਜੇਕਰ ਆਪਾਂ ਮੈਂਡੀ ਤੱਖਰ ਜੀ ਦੀ ਨੈੱਟਵਰਥ ਦੀ ਗੱਲ ਕਰੀਏ ਤਾਂ ਉਹਨਾਂ ਦੀ ਨੈੱਟਵਰਥ ਹੈ ਲਗਭਗ $5 ਲੱਖ 2016 ਦੇ ਅੰਕੜਿਆਂ ਦੇ ਹਿਸਾਬ ਨਾਲ। ਇਸ ਤੋਂ ਬਿਨਾਂ ਦੋਸਤੋ, ਮੈਂ ਤੁਹਾਨੂੰ ਇੱਕ ਫਰਮਾਇਸ਼ ਜ਼ਰੂਰ ਕਰੂੰਗਾ ਕਿ ਜੇਕਰ ਤੁਸੀਂ ਵਧੀਆ ਸਿੰਗਰ ਹੋ, ਐਕਟਰ ਹੋ ਜਾਂ ਵਧੀਆ ਕਮੇਡੀਅਨ ਹੋ ਤਾਂ ਤੁਸੀਂ ਸਾਨੂੰ 1 ਮਿੰਟ ਦੀ ਵੀਡੀਓ ਸੈਂਡ ਕਰ ਸਕਦੇ ਹੋ। ਵੀਡੀਓ ਸੈਂਡ ਕਰਨ ਲਈ ਤੁਸੀਂ ਆਪਣਾ ਫੇਸਬੁੱਕ 'ਤੇ ਬੋਲੀ ਹੋਲੀ ਬਾਬਾ ਦੇ ਨਾਮ ਦਾ ਪੇਜ ਬਣਿਆ
ਉਹਨੂੰ ਲਾਈਕ ਕਰ ਲਓ, ਉੱਥੇ ਵੀ ਤੁਸੀਂ ਵੀਡੀਓ ਸੈਂਡ ਕਰ ਸਕਦੇ ਹੋ ਜਾਂ ਆਪਣਾ ਫੇਸਬੁੱਕ ਪੇਜ ਦੇ ਉੱਪਰ ਹੀ ਕੰਟੈਕਟ ਨੰਬਰ ਦਿੱਤਾ, ਤੁਸੀਂ ਸਾਨੂੰ ਵਟਸਐਪ ਥਰੂ ਵੀ ਆਪਣੀ ਵੀਡੀਓ ਸੈਂਡ ਕਰ ਸਕਦੇ ਹੋ ਅਤੇ ਆਪਾਂ ਤੁਹਾਡੀ ਵੀਡੀਓ ਕਿਸੇ ਬਾਇਓਗ੍ਰਾਫੀ ਵਿੱਚ ਜ਼ਰੂਰ ਐਡ ਕਰ ਦਿਆਂਗੇ। ਸੋ ਦੋਸਤੋ ਇਸ ਵੀਡੀਓ ਵਿੱਚ ਇੰਨਾ ਹੀ, ਮੈਨੂੰ ਉਮੀਦ ਹੈ ਤੁਹਾਨੂੰ ਵੀਡੀਓ ਪਸੰਦ ਆਈ ਹੋਊਗੀ। ਜੇ ਦੋਸਤੋ ਵੀਡੀਓ ਪਸੰਦ ਆਈ ਆ ਤਾਂ ਇਸ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰੋ, ਲਾਈਕ ਕਰੋ, ਕਮੈਂਟ ਕਰੋ ਅਤੇ ਜੇਕਰ ਤੁਸੀਂ ਦੋਸਤੋ ਆਪਣਾ ਚੈਨਲ ਬੋਲੀ ਹੌਲੀ ਬਾਬਾ ਅਜੇ ਤੱਕ ਵੀ ਨਹੀਂ ਸਬਸਕ੍ਰਾਈਬ ਕੀਤਾ ਤਾਂ ਇਸ ਵੀਡੀਓ ਦੇ ਨੀਚੇ ਜਿਹੜਾ ਰੈੱਡ ਕਲਰ ਦਾ ਸਬਸਕ੍ਰਾਈਬ ਦਾ ਬਟਨ ਆ ਰਿਹਾ ਉੱਥੇ ਆਪਣਾ ਇੱਕ ਪਿਆਰਾ ਜਿਹਾ ਕਲਿੱਕ ਕਰਕੇ ਆਪਣਾ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਓ, ਕਿਉਂਕਿ ਮੈਂ ਇਸੇ ਤਰ੍ਹਾਂ ਦੀਆਂ ਵੀਡੀਓ ਤੁਹਾਡੇ ਲਈ ਅੱਗੇ ਵੀ ਲੈ ਕੇ ਆਉਂਦਾ ਰਹੂੰਗਾ। ਸੋ ਦੋਸਤੋ ਇੰਨੇ ਸ਼ਬਦਾਂ ਨਾਲ ਲੈਂਦੇ ਹਾਂ ਇਜਾਜ਼ਤ, ਸਤਿ ਸ਼੍ਰੀ ਅਕਾਲ ਜੀ।